ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਆਪਣੇ ਭਰਾ ਗਗਨ ਕੋਲ ਸਟਾਰਟਿੰਗ ਚ ਜਿਵੇਂ ਮੈਂ ਇਹਨਾਂ ਦੀਆਂ ਵੀਡੀਓ ਵੇਖਣੀਆਂ ਸਟਾਰਟ ਕੀਤੀਆਂ ਸੀ ਤੇ ਬੜੀਆਂ ਵਧੀਆ ਵੀਡੀਓ ਬਣਾਉਂਦੇ ਹਨ ਤੇ ਇਹਨਾਂ ਨੂੰ ਵੇਖ ਕੇ ਫਿਰ ਮੈਂ ਵੀ ਚੈਨਲ ਬਣਾਇਆ ਤੇ ਬੜੇ ਟਾਈਮ ਦੀ ਮਤਲਬ ਟਰਾਈ ਕਰਦਾ ਪਿਆ ਸਾ ਵੀ ਇੱਕ ਵੀਡੀਓ ਇਹਨਾਂ ਨਾਲ ਵੀ ਸ਼ੂਟ ਕਰਾਂ ਤੇ ਅੱਜ ਆਪਾਂ ਭਰਾ ਕੋਲ ਸੋਨੀਪਤ ਇਹਨਾਂ ਦੀ ਸਾਈਟ ਤੇ ਪਹੁੰਚੇ ਆ ਤੇ ਗੱਲ ਕਰਾਂਗੇ ਇਹਨਾਂ ਦੇ ਗ੍ਰੇਡਰ ਬਾਰੇ ਕਿੰਨਾ ਟਾਈਮ ਇਹਨਾਂ ਨੂੰ ਚਲਾਉਂਦਿਆਂ ਨੂੰ ਹੋ ਗਿਆ ਤੇ ਇਹ ਸਾਰੀ ਮਤਲਬ ਇਹਦਾ ਇੱਕ ਰਿਵਿਊ ਆਪਾਂ ਨੂੰ ਦੇਣਗੇ ਵੀ ਕੀ ਇਹਦੇ ਚ ਸਿਸਟਮ ਆਉਂਦਾ ਹੈ ਕਿਵੇਂ ਆਪਰੇਟ ਹੁੰਦਾ ਹੈ ਤੇ ਆਓ ਫਿਰ ਕਰਦੇ ਆਂ ਗੱਲ ਆਪਣੇ ਭਰਾ ਨਾਲ ਗਗਨ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਬੜਾ ਟਾਈਮ ਤੋਂ ਇੱਕ ਵੀਸੀ ਵੀ ਤੁਹਾਡੇ ਨਾਲ ਇੱਕ ਵੀਡੀਓ ਬਣਾਈ ਜਾਏ ਬਿਲਕੁਲ ਬਿਲਕੁਲ ਭਾਜੀ ਅਸੀਂ ਤਾਂ ਮੈਂ ਤਾਂ ਰੈਡੀ ਆਂ ਤੁਹਾਡੇ ਵਾਸਤੇ ਜਦੋਂ ਮਰਜ਼ੀ ਆਓ ਅੱਜ ਨਹੀਂ ਮੈਂ ਕਹਿੰਦਾ ਤੁਸੀਂ ਡੇਲੀ ਆਓ ਭਾਵੇਂ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਤੁਹਾਨੂੰ ਵੀ ਵੇਖ ਕੇ ਜਿਵੇਂ ਲਾ ਲਓ ਵੀ ਤੁਹਾਡੇ ਵਲੌਗ ਵਧੀਆ ਲੱਗੇ ਵੇਖ ਕੇ ਫਿਰ ਮੈਂ ਵੀ ਚੈਨਲ ਬਣਾਇਆ ਥੈਂਕ ਯੂ ਭਾਜੀ ਥੈਂਕ ਯੂ ਬੜਾ ਚੰਗਾ ਲੱਗਾ ਤੁਹਾਡੇ ਮੂੰਹ ਇਹ ਗੱਲ ਸੁਣ ਕੇ ਵੀ ਕੋਈ ਸਾਨੂੰ ਵੇਖ ਕੇ ਮੋਟੀਵੇਟ ਹੋਇਆ YouTube ਦੇ ਲਈ YouTube ਤੇ ਆਉਣ ਨੂੰ ਬਿਲਕੁਲ ਜੀ ਬਿਲਕੁਲ ਇੱਕ ਦੂਜੇ ਨੂੰ ਵੇਖ ਕੇ ਸਿਸਟਮ ਅੱਗੇ ਚੱਲ ਰਿਹਾ ਜੀ ਹਾਂਜੀ ਅਸੀਂ ਵੀ ਕਿਸੇ ਨੂੰ ਦੇਖ ਕੇ ਆਏ ਸੀ YouTube ਤੇ ਜਿੱਦਾਂ ਮੈਂ ਆਪਣੀ ਮਮ ਤੋਂ ਸਭ ਤੋਂ ਜ਼ਿਆਦਾ ਇਨਸਪਾਇਰ ਹੋਇਆ ਸੀਗਾ ਫਿਰ ਆ ਵਲੌਗ ਵਾਲੀ ਕੈਟਾਗਰੀ 'ਚ ਕਿਸੇ ਹੋਰ ਨੂੰ ਦੇਖ ਕੇ ਕਿਸੇ ਹੋਰ ਯੂਟਿਊਬਰ ਨੂੰ ਇੱਦਾਂ ਦੇਖ ਦੇਖ ਕੇ ਬੰਦਾ ਇੱਕ ਦੂਜੇ ਨੂੰ ਅੱਗੇ ਵੱਧਦਾ ਆ ਹਾਂਜੀ ਹਾਂਜੀ ਇੱਕ ਦੂਜੇ ਨਾਲ ਸਭ ਜੁੜੇ ਆ ਜੀ ਹਾਂਜੀ ਤੇ ਦਿਓ ਫਿਰ ਆਪਣੇ ਕੋ ਵੱਡੇ ਸਾਰੇ ਸੰਦ ਦੀ ਡਿਟੇਲਸ ਸਾਰੀਆਂ ਕਿੰਨਾ ਟਾਈਮ ਚਲਾਉਂਦਿਆਂ ਨੂੰ ਹੋ ਗਿਆ ਤੁਹਾਨੂੰ ਇਹਨੂੰ ਬਾਈ ਦੇਖੋ ਚਲਾਉਂਦੇ ਨੂੰ ਤਾਂ ਮਤਲਬ ਕਹਿ ਸਕੀਏ ਤਾਂ ਹੋ ਗਿਆ 5-6 ਸਾਲ ਹੋ ਗਏ ਚਲਾਉਂਦੇ ਨੂੰ ਗ੍ਰੇਡਰ ਨੂੰ ਪਰ ਜਿੱਦਾਂ ਆਪਾਂ ਕੰਸਟਰਕਸ਼ਨ ਲਾਈਨ 'ਚ ਕਾਫੀ ਜ਼ਿਆਦਾ ਪਹਿਲਾਂ ਮੈਂ ਆ ਗਿਆ ਸੀਗਾ ਯਾਨੀ ਕਿ 2011 ਤੋਂ ਮੈਂ ਇਸ ਫੀਲਡ ਵਿੱਚ ਆ ਗਿਆ ਸੀਗਾ ਜਿੱਦਾਂ ਪਹਿਲਾਂ ਮੈਂ JCB ਸਿੱਖੀ ਸੀਗੀ ਉਹਦੇ ਬਾਅਦ 'ਚੋਂ ਫਿਰ ਮੈਂ ਐਕਸਾਵੇਟਰ ਸਿੱਖੀ ਜਿਹਨੂੰ ਆਪਾਂ ਪੋਕਲੈਨ ਕਹਿੰਦੇ ਚੈਨ ਵਾਲੀ ਮਸ਼ੀਨ ਦੂਜੀ ਹਾਂ ਫਿਰ ਉਹ ਤੋਂ ਵੀ ਫਿਰ ਮਨ ਜਿਹਾ ਨਹੀਂ ਮਤਲਬ ਮੇਰਾ ਜਿੱਦਾਂ ਕਹਿੰਦੇ ਨਾ ਸੈਟੀਸਫੈਕਸ਼ਨ ਜਿਹਾ ਨਹੀਂ ਮਿਲਿਆ ਜਿੱਦਾਂ ਇੱਕ ਕਿੱਕ ਫਿਲਮ ਨਹੀਂ ਆ ਸਲਮਾਨ ਖਾਨ ਦੀ ਕਹਿੰਦਾ ਕਿੱਕ ਨਹੀਂ ਮਿਲੀ ਉਹ ਵੀ ਬੜਾ ਹਿਸਾਬ ਕਿਤਾਬ ਹੋ ਗਿਆ ਫਿਰ ਮੈਂ ਕਹਿੰਦਾ ਹਾਂ ਕਿੱਕ ਨਹੀਂ ਮਿਲੀ ਮੈਂ ਕਿਹਾ ਫਿਰ ਗ੍ਰੇਡ ਕਿੱਕ ਜਿਹੜੀ ਆ ਨਾ ਫਿਰ ਉਹ ਗ੍ਰੇਡਰ ਤੇ ਆ ਕੇ ਮਿਲੀ ਕੋਈ ਵੱਡਾ ਕੀਤਾ ਹਾਂ ਫਿਰ ਗ੍ਰੇਡਰ ਤੇ ਕੀ ਸੈਲਰੀ ਵੀ ਸਹੀ ਸੀਗੀ ਫਿਰ ਇਹ 'ਚ ਥੋੜ੍ਹਾ ਮਤਲਬ ਐਕਸਾਵੇਟਰ ਦੇ ਵਾਂਗੂ ਇੱਕ ਜਗ੍ਹਾ ਨਹੀਂ ਸੀ ਘੁੰਮੀ ਜਾਣਾ ਮਤਲਬ ਇੱਥੇ ਥੋੜ੍ਹਾ ਬੰਦਾ ਇੱਧਰ ਕੰਮ ਕਰ ਲਿਆ ਉੱਧਰ ਵੀ ਹੋਇਆ ਮਤਲਬ ਇੱਕ ਜਗ੍ਹਾ ਬੱਜੇ ਰਹਿਣ ਵਾਲਾ ਥੋੜ੍ਹਾ ਕੰਮ ਨਹੀਂ ਸੀਗਾ ਉਹਦੇ 'ਚ ਇਹ ਹੋ ਜਾਂਦਾ ਵੀ ਬੰਦਾ ਕਾਫੀ ਲੰਮਾ ਟਾਈਮ ਇੱਕ ਹੀ ਜਗ੍ਹਾ ਤੇ ਆਪਾਂ ਨੂੰ ਰਹਿਣਾ ਪੈਂਦਾ ਜਿੱਦਾਂ ਆਪਾਂ ਖੇਤ 'ਚ ਮਿੱਟੀ ਚੱਕ ਰਹੇ ਆ ਤਾਂ ਉੱਥੇ ਹੀ ਰਹਿਣਾ ਆ ਹਮੇਸ਼ਾ ਹਾਂ ਕਈ ਵਾਰੀ ਫਿਰ ਮੈਂ ਇਹੋ ਜਿਹੀ ਇੱਕ ਵਾਰੀ ਸਾਈਡ ਤੇ ਪਹੁੰਚ ਗਿਆ ਸੀਗਾ ਕਿ ਜਿੱਥੇ ਉਹ ਕਹਿੰਦੇ ਵੀ ਅਗਰ ਖੇਤ 'ਚ ਤੁਹਾਡੀ ਮਸ਼ੀਨ ਚੱਲ ਰਹੀ ਤੇ ਖੇਤ 'ਚ ਹੀ ਸੋ ਮੈਂ ਕਿਹਾ ਇਹ ਤੇ ਸਾਡੇ ਵੱਸ ਦੀ ਤੇ ਹੈ ਨਹੀਂ ਆ ਬਈ ਜਿਹੜੇ ਆਪਰੇਟਰ ਕਰਦੇ ਆ ਬਾਈ ਉਹ ਬਹੁਤ ਜ਼ਿਆਦਾ ਧੰਨ ਜਿਗਰਾ ਉਹਨਾਂ ਦਾ ਬਾਈ ਮੈਂ ਕਿਹਾ ਮੈਂ ਤਾਂ ਖੇਚ ਨਹੀਂ ਰੋਕ ਸਕਦਾ ਫਿਰ ਇਸ ਕਰਕੇ ਆਪਾਂ ਲਾਈਨ ਹੀ ਚੇਂਜ ਕਰਤੀ ਹਾਂਜੀ ਤੇ ਇਹ ਜਿਹੜਾ ਗ੍ਰੇਡਰ ਆ ਇਹਦਾ ਪੂਰਾ ਨਾਮ ਮੋਟਰ ਗ੍ਰੇਡਰ ਇਹਨੂੰ ਕਹਿੰਦੇ ਆ ਵੈਸੇ ਕਈ ਇਹਨੂੰ ਕਾਢਾ ਕਹਿ ਦਿੰਦੇ ਆ ਕਈ ਕੀੜਾ ਮਕੌੜਾ ਕੁਛ ਵੀ ਕਹਿ ਦਿੰਦੇ ਆ ਵੈਸੇ ਇਹਦਾ ਨਾਮ ਵੀ ਐਕਚੁਅਲੀ ਜਿਹੜਾ ਕੈਟਰਪਿਲਰ ਹੀ ਆ ਕੈਟਰਪਿਲਰ ਇੱਕ ਕੀੜਾ ਹੁੰਦਾ ਆ ਤੁਸੀਂ ਦੇਖਿਆ ਹੋਣਾ ਗ੍ਰੀਨ ਕਲਰ ਦਾ ਇਹਦਾ ਫੁੱਲ ਨੇਮ ਕੈਟਰਪਿਲਰ ਜਿਹੜੀ ਕੰਪਨੀ ਆ ਵੈਸੇ ਮੋਟਰ ਗ੍ਰੇਡਰ ਜਿਹੜਾ ਇਹਦਾ ਪ੍ਰੋਡਕਟ ਦਾ ਇਹਦਾ ਨਾਮ ਆ ਇਹ ਬੇਸਿਕਲੀ ਆਪਾਂ ਨੂੰ ਕੰਸਟਰਕਸ਼ਨ ਫੀਲਡ ਵਿੱਚ ਯਾਨੀ ਕਿ ਹਾਈਵੇ ਪ੍ਰੋਜੈਕਟ ਵਿੱਚ ਕੰਮ ਆਉਂਦਾ ਆ ਬਾਕੀ ਇਹਨੂੰ 에ਅਰਪੋਰਟ ਤੇ ਵੀ ਯੂਜ਼ ਇਹਦਾ ਬਹੁਤ ਜ਼ਿਆਦਾ ਕੀਤਾ ਜਾਂਦਾ ਅੱਜ ਕੱਲ ਤਾਂ ਇਹਦੇ ਬਿਨਾ ਰੋਡ ਤੇ ਮਤਲਬ ਮੰਨਦੇ ਨਹੀਂ ਅਧਿਕਾਰੀ ਤੁਸੀਂ ਅਗਰ ਛੋਟਾ ਜਿਹਾ ਵੀ ਕੋਈ ਰੋਡ ਬਣਾ ਰਹੇ ਹੋ ਨਾ ਤੇ ਉਹਨਾਂ ਨੂੰ ਗ੍ਰੇਡਰ ਪਹਿਲਾਂ ਚਾਹੀਦਾ ਆ ਅੱਜ ਕੱਲ ਤਾਂ ਇੰਨੀ ਜ਼ਿਆਦਾ ਇਹਦੀ ਮੰਗ ਹੋ ਗਈ ਆ ਠੀਕ ਹੈ ਤੇ ਜੀ ਇਹ ਕਈ ਕੰਪਨੀਆਂ ਦੇ ਆਉਂਦੇ ਆ ਗ੍ਰੇਡਰ ਇਹ ਬੇਸਿਕਲੀ ਕੈਟ ਦਾ ਆ 120K2 ਮਾਡਲ ਆ ਤੇ ਇਹਦੀ ਕੀਮਤ ਦੀ ਅਗਰ ਆਪਾਂ ਗੱਲ ਕਰੀਏ ਤੇ ਕਰੋੜ ਰੁਪਏ ਦੀ ਕੀਮਤ ਆ ਬਾਕੀ ਉੱਪਰ ਅਗਰ ਔਨ ਰੋਡ ਅਗਰ ਇਹਦੀ ਗੱਲ ਕਰੀਏ ਤਾਂ 20-25 ਲੱਖ ਉੱਤੇ ਯਾਨੀ ਕਿ ਅਗਰ ਫਾਈਨੈਂਸ ਵੀ ਆਪਾਂ ਕਰਾਉਣਾ ਆ ਤਾਂ 1.5 ਕਰੋੜ ਦਾ ਇਹ ਪੈ ਜਾਂਦਾ ਆ ਇਹ ਆ ਜੀ ਬਾਕੀ ਇਹ 145 ਇਹਦੀ HP ਆ C7 ਮਾਡਲ ਇਹਦੇ ਵਿੱਚ ਕੈਟ ਦਾ ਇੰਜਣ ਆ ਕੈਟ ਦਾ ਹੀ ਟਰਾਂਸਮਿਸ਼ਨ ਆ ਇਲੈਕਟ੍ਰੋਨਿਕ ਇੰਜਣ ਆ ਇਲੈਕਟ੍ਰੋਨਿਕ ਹੀ ਟਰਾਂਸਮਿਸ਼ਨ ਆ ਵਿਦ ਮੈਨੂਅਲ ਗੇਅਰ ਆ ਇਹਦੇ ਵਿੱਚ ਇਹਦੇ ਵਿੱਚ 8 ਫਾਰਵਰਡ ਗੇਅਰ ਆ 6 ਰਿਵਰਸ ਆ ਜੋ ਕਿ ਆਪਾਂ ਆਪਣੇ ਅੱਗੇ ਪਿੱਛੇ ਜਾਣ ਨੂੰ ਕਾਫੀ ਜ਼ਿਆਦਾ ਹੈਲਪ ਕਰਦੇ ਆ ਕਿਉਂਕਿ ਇਹਦਾ ਜਿਹੜਾ ਕੰਮ ਹੈ ਨਾ ਅੱਗੇ ਨੂੰ ਸਲੋ ਜਾਣਾ ਆ ਪਿੱਛੇ ਨੂੰ ਤੇਜ਼ ਆਉਣਾ ਆ ਅਗਰ ਅੱਗੇ ਵੀ ਉਹੀ ਸਪੀਡ 'ਚ ਜਾਊਗਾ ਪਿੱਛੇ ਵੀ ਉਹੀ ਸਪੀਡ 'ਚ ਆਊਗਾ ਤਾਂ ਫਿਰ ਕੰਮ ਨਹੀਂ ਹੋ ਪਾਉਣਾ ਛੇਤੀ ਕਿਉਂਕਿ ਅੱਗੇ ਨੂੰ ਤਾਂ ਸਲੋ ਜਾਣਾ ਪੈਣਾ ਆ ਕਿਉਂਕਿ ਆਪਾਂ ਬਲੇਡ 'ਤੇ ਕੰਮ ਕਰਨਾ ਆ ਅਤੇ ਪਿੱਛੇ ਨੂੰ ਅਗਰ ਆਪਾਂ ਤੇਜ਼ ਆਵਾਂਗੇ ਤਾਂ ਥੋੜ੍ਹਾ ਛੇਤੀ ਕੰਮ ਹੋ ਸਕਦਾ ਇਹ ਆ ਜੀ ਬਲੇਡ ਇਹਦਾ ਜਿਹਦੇ ਆ ਇੱਥੇ ਥੱਲੇ ਕਟਿੰਗ ਏਜ ਲੱਗਾ ਆ ਜਿਹਦੇ ਨਾਲ ਇਹ ਪੱਧਰਾ ਕਰਦਾ ਆਪਾਂ ਜਿਹੜੇ ਪੰਜਾਬੀ ਭਾਸ਼ਾ 'ਚ ਕਹਿ ਦਿੰਦੇ ਹਾਂ ਹਾਂ ਅਤੇ ਇਹਦੇ ਨਾਲ ਹੀ ਇਹਦਾ ਬੈੱਡ ਦਾ ਜਿਹੜੀ ਢਾਲ ਹੁੰਦੀ ਹੈ ਜਿਹਨੂੰ ਬੈੱਡ ਬੋਲ ਦਿੰਦੇ ਜਿੱਦਾਂ ਆਪਾਂ ਰੋਡ ਬਣਾਉਂਦੇ ਹਾਂ ਬੈੱਡ ਹਾਂ ਹਾਂ ਅਤੇ ਰੋਡ ਦੀ ਆਪਣੀ ਜਿਹੜੀ ਢਾਲ ਆ ਨਾ ਉਹ ਕਿਸੇ ਨਾ ਕਿਸੇ ਪਾਸੇ ਨੂੰ ਹਮੇਸ਼ਾ ਰਹੂਗੀ ਤੁਹਾਨੂੰ ਸਿੱਧਾ ਰੋਡ ਕਿਤੇ ਨਹੀਂ ਦਿਖੂਗਾ ਉਹ ਇਸ ਕਰਕੇ ਹੁੰਦਾ ਵੀ ਮੀਂਹ ਦਾ ਜਿਹੜਾ ਪਾਣੀ ਆਵੇ ਉਹ ਸਾਈਡ ਨੂੰ ਨਿਕਲ ਜਾਵੇ ਉਹ ਇਸ ਸਾਈਡ ਨੂੰ ਵੀ ਨਿਕਲ ਆਪਣਾ ਦੇ ਸਕਦੇ ਇਸ ਸਾਈਡ ਨੂੰ ਨਿਕਲਣਾ ਵੀ ਅਤੇ ਇਸ ਸਾਈਡ ਨੂੰ ਨਿਕਲਣਾ ਵੀ ਦੇ ਸਕਦੇ ਇਸ ਸਾਈਡ ਨੂੰ ਨਿਕਲਣਾ ਦੇਣਗੇ ਮਤਲਬ ਅੰਦਰਲੇ ਪਾਸੇ ਨੂੰ ਅਤੇ ਵਿੱਚ ਨਾਲੀ ਬਣਾਉਣਗੇ ਆਹ ਹਿਸਾਬ ਕਿਤਾਬ ਹੁੰਦਾ ਅਤੇ ਇਹ ਬਲੇਡ ਨਾਲ ਹੀ ਇਹਦੇ ਇੱਥੋਂ ਆਪਣਾ ਇਹਦਾ ਸਟੇਟਸ ਚੇਂਜ ਕਰਕੇ ਲੀਵਰਸ ਉੱਪਰ ਲੱਗੇ ਆ ਉੱਪਰ ਚੱਲਾਂਗੇ ਆਪਾਂ ਦਿਖਾਵਾਂਗੇ ਤੁਹਾਨੂੰ ਇਹਦੇ ਨਾਲ ਇਹਦਾ ਸਟੇਟਸ ਚੇਂਜ ਕਰਕੇ ਆਪਾਂ ਇਹਦਾ ਰੋਡ ਦਾ ਕੈਂਬਰ ਦਿੰਦੇ ਹਾਂ ਯਾਨੀ ਕਿ ਢਾਲ ਦਿੰਦੇ ਹਾਂ
ਇਹਦਾ ਵੀ ਇੱਕ ਰੀਜ਼ਨ ਆ, ਇਹ ਵੀ ਬੜੀ ਇਹਦੀ ਕਮਾਲ ਦੀ ਇੱਕ ਜੀ ਚੀਜ਼ ਦਿੱਤੀ ਆ, ਤੁਸੀਂ ਸੁਣੋਗੇ ਤਾਂ ਸ਼ਾਇਦ ਤੁਹਾਨੂੰ ਵੀ ਕੁਛ ਨੌਲੇਜ ਮਿਲੇ ਉਹਦੇ ਬਾਰੇ ਕਿ ਇਹਦੇ ਪੁੱਠੇ ਟਾਇਰ ਅੱਗੇ ਪਾਉਣ ਦਾ ਮਕਸਦ ਇਹ ਆ ਕਿ ਜਿੱਦਾਂ ਆਹਲੇ ਟਾਇਰ ਆ ਸਿੱਧੇ ਪਾਏ ਹੋਏ ਆ, ਇਹ ਟਾਇਰ ਜਿਹੜੇ ਆ ਅੱਗੇ ਨੂੰ ਚੱਲਦੇ ਆ ਤਾਂ ਚਿਪਕ ਕੇ ਚੱਲਦੇ ਆ, ਠੀਕ ਹੈ ਨਾ, ਮਤਲਬ ਮਿਲ ਕੇ ਚੱਲਦੇ ਆ, ਮਤਲਬ ਚਿਪਕ ਕੇ ਤਾਂ ਵੀ ਚੱਲਦੇ ਆ, ਕਿਹੜਾ ਉੱਠ ਕੇ ਚੱਲਦੇ ਆ, ਪਰ ਕਹਿਣ ਦਾ ਮਤਲਬ ਮੈਂ ਇੰਜੀਨੀਅਰ ਨੂੰ ਪੁੱਛਿਆ ਸੀ ਵੀ ਇਹਦਾ ਪੁੱਠੇ ਟਾਇਰ ਪਾਉਣ ਦਾ ਮਤਲਬ ਕੀ ਆ, ਉਹਨੇ ਦੱਸਿਆ ਵੀ ਇਹ ਇਹਨਾਂ ਰੋਡ ਦਾ ਨਾ ਮਿਲ ਕੇ ਨਹੀਂ ਚੱਲਦੇ, ਮਤਲਬ ਜਿੱਦਾਂ ਤੁਹਾਨੂੰ ਕਟਿੰਗ ਕਰਨ ਵਿੱਚ ਨਾ ਆਸਾਨੀ ਹੁੰਦੀ ਆ ਅੱਗੇ ਨੂੰ, ਕਹਿਣ ਦਾ ਮਤਲਬ ਹਾਂ ਇਹਨਾਂ ਦਾ ਇਹਦਾ ਮਕਸਦ ਦੱਸਿਆ ਵੀ ਪੁੱਠੀ ਗੁੱਡੀ ਇਹਦਾ ਆਉਣ ਦਾ ਇਹੀ ਮਕਸਦ ਆ ਵੀ ਗ੍ਰਿਪ ਇਹਨਾਂ ਦੀ ਥੋੜੀ ਘੱਟ, ਹਾਂ ਗ੍ਰਿਪ, ਹਾਂ ਗ੍ਰਿਪ ਇਹਦੀ ਘੱਟ ਰਹਿੰਦੀ ਆ, ਉਹਦੀ ਗ੍ਰਿਪ ਪਿਛਲੇ ਹੱਟ ਦੀ ਜ਼ਿਆਦਾ ਰਹਿੰਦੀ, ਹਾਂਜੀ ਇਹਦਾ ਮਕਸਦ ਆ। ਬਾਕੀ ਇਹਦੇ ਵਿੱਚ ਇੱਥੇ ਵੀ ਹਾਈਡ੍ਰੋਲਿਕ ਸਿਲੰਡਰ ਲੱਗਾ, ਤੁਸੀਂ ਅਗਰ ਨੇੜੇ ਆ ਕੇ ਦਿਖਾਓਗੇ ਤਾਂ ਇਹ ਟਾਇਰ ਦੀ ਮੂਵਮੈਂਟ ਵਾਸਤੇ ਲੱਗਾ, ਯਾਨੀ ਕਿ ਟਾਇਰਾਂ ਨੂੰ ਆਪਾਂ ਖੱਬੇ ਅਤੇ ਸੱਜੇ ਪਾਸੇ ਮੂਵ ਕਰ ਸਕਦੇ ਹਾਂ, ਚੁਕਾ ਸਕਦੇ ਹਾਂ, ਜਿਵੇਂ ਮੈਂ ਤੁਹਾਡੀ ਵੀਡੀਓ ਦੇਖਣਾ ਮਤਲਬ ਟੇਢਾ ਮੇਢਾ ਜਿਵੇਂ ਮਰਜ਼ੀ ਕਰ, ਹਾਂ 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 ਟਾਇਰ ਟੇਢੇ ਹੋ ਜਾਂਦੇ, ਆਪਾਂ ਤੁਹਾਨੂੰ ਕਰਕੇ ਵੀ ਦਿਖਾਵਾਂਗੇ। ਉਹਦਾ ਇਹ ਮਕਸਦ ਹੁੰਦਾ ਕਿ ਬਈ ਜਿਹੜਾ ਇਹਦਾ ਜਿਹੜਾ ਵੇਟ ਆ, ਇੱਕ ਤਾਂ ਲੰਬੀ ਬਹੁਤ ਆ ਮਸ਼ੀਨ ਅਤੇ ਵੇਟ ਕਰਕੇ ਛੇਤੀ ਮੁੜਦੀ ਨਹੀਂ ਆ, ਅਤੇ ਇਹਨੂੰ ਇੱਦਾਂ ਅਗਰ ਆਪਾਂ ਸੱਜੇ ਨੂੰ ਜਾਂ ਖੱਬੇ ਪਾਸੇ ਨੂੰ ਝੁਕਾ ਦਾਂਗੇ ਤਾਂ ਛੇਤੀ ਮੁੜ ਜਾਂਦੀ ਹੈ, ਜਿੱਦਾਂ ਆਪਾਂ ਸੱਜੇ ਨੂੰ ਮੋੜਨੀ ਮਸ਼ੀਨ ਤਾਂ ਸੱਜੇ ਪਾਸੇ ਨੂੰ ਥੋੜ੍ਹਾ ਝੁਕਾਵ ਕਰ ਦਿਓ, ਜਿਵੇਂ ਜਗ੍ਹਾ ਘੱਟ ਹੈ, ਹਾਂਜੀ ਹਾਂਜੀ ਜਗ੍ਹਾ ਤੋਂ ਮਤਲਬ ਆਰਾਮ ਨਾਲ ਘੁੰਮ ਜਾਏਗੀ ਫਿਰ, ਹਾਂ ਹਾਂ ਇੰਨੀ ਵੱਡੀ ਹੋਣ ਦੇ ਬਾਵਜੂਦ, ਹਾਂਜੀ ਇਹ ਚੀਜ਼ ਆ। ਬਾਕੀ ਆਹ ਅੱਗੇ ਦੀਆਂ ਹੈੱਡਲਾਈਟਸ ਲੱਗੀਆਂ ਆ, ਅਤੇ ਇੱਧਰ ਇਹਦਾ ਸਕੈਰੀਫਾਇਰ ਲੱਗਾ ਆ, ਜਿਹਨੂੰ ਆਪਾਂ ਰੀਪਰ ਕਹਿ ਦਿੰਦੇ ਹਾਂ ਆਪਣੀ ਪੰਜਾਬੀ ਭਾਸ਼ਾ 'ਚ, ਕਲਟੀਵੇਟਰ ਵੀ ਕਹਿ ਦਿੰਦੇ ਹਾਂ। ਇਹ ਚੀਜ਼ ਲੱਗੀ ਹੈ ਜਿੱਦਾਂ ਬਲੇਡ ਤੋਂ ਕੋਈ ਚੀਜ਼ ਨਹੀਂ ਪੱਟੀ ਜਾ ਰਹੀ, ਪੱਕੀ ਆ, ਅਤੇ ਉਹ ਇਹਨਾਂ ਆਪਾਂ ਕਰਕੇ ਲੂਜ਼ ਅਤੇ ਫਿਰ ਆਪਾਂ ਉਹਦੇ ਵਿੱਚ ਬਲੇਡ ਫੇਰ ਸਕਦੇ ਹਾਂ, ਇਸ ਚੀਜ਼ ਵਾਸਤੇ ਦਿੱਤਾ ਹੈ। ਇਹਨੂੰ ਉੱਪਰ ਨੀਚੇ ਕਰਨ ਨੂੰ ਆਹ ਸਿਲੰਡਰ ਦਿੱਤਾ ਆ, ਸਟੇਅਰਿੰਗ, ਹਾਂ ਸਟੇਅਰਿੰਗ ਵਾਸਤੇ ਇਹਨੂੰ ਦੋ ਸਿਲੰਡਰ ਦਿੱਤੇ ਆ, ਇੱਕ ਨਹੀਂ ਆ ਦੋ ਸਿਲੰਡਰ ਆ, ਇੱਕ ਉਹ ਆ ਇੱਕ ਉਹ ਉੱਧਰ ਪਰਲੇ ਪਾਸੇ ਲੱਗਾ ਆ। ਆਹ ਸਾਰੇ ਇਹਦੇ ਹਾਈਡ੍ਰੋਲਿਕ ਪ੍ਰੈਸ਼ਰ ਦੇ ਪਾਈਪ ਜਾ ਰਹੇ ਆ, ਜੋ ਕਿ ਵੀਲ ਲੀਨ ਵਾਸਤੇ, ਜੋ ਮੈਂ ਤੁਹਾਨੂੰ ਹੁਣ ਦੱਸਿਆ ਟਾਇਰਾਂ ਦਾ ਝੁਕਾਵ ਉਹਨੂੰ ਵੀਲ ਲੀਨ ਕਹਿੰਦੇ ਆ, ਅਤੇ ਬਾਕੀ ਇਹ ਸਟੇਅਰਿੰਗ ਵਾਸਤੇ ਜਾ ਰਹੇ ਆ। ਹਾਂਜੀ ਹਾਂਜੀ ਇਹ ਟੂਲ ਹੈ, ਹਾਂ 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 ਇਹ ਟੂਲ ਇਹਦੇ ਵਾਸਤੇ ਦਿੱਤਾ। ਆਹ ਇਹਦੀ ਸਵਿੰਗ ਮੋਟਰ ਲੱਗੀ ਆ ਜੋ ਇਸ ਬਲੇਡ ਨੂੰ ਮੂਵ ਕਰਦੀ ਆ, ਮਤਲਬ ਗੋਲ ਘੁੰਮਾਉਂਦੀ ਆ ਇੱਧਰ ਨੂੰ ਤਾਂ ਉੱਧਰ ਨੂੰ, ਹਾਂ। ਅਤੇ ਆਹ ਇਹਦੀ ਗਰਾਰੀਆਂ ਲੱਗੀਆਂ, ਆਹ ਜਿਹੜੀ ਮੋਟਰ ਦੀ ਗਰਾਰੀ ਆ, ਇਹ ਗਰਾਰੀ ਇਹਦੇ, ਹਾਂ ਇਹ ਗਰਾਰੀ ਇਹਦੇ ਵਿੱਚ ਫਸ ਕੇ ਚੱਲਦੀ ਆ, ਤੁਸੀਂ ਥੋੜ੍ਹਾ ਨੇੜੇ ਦਿਖਾਓਗੇ ਤਾਂ ਇਹਦੇ ਵਿੱਚ ਫਸ ਕੇ ਚੱਲਦੀ ਆ ਇੱਦਾਂ ਕਰਕੇ, ਦੰਦੇ ਬਣੇ ਨੇ ਇਹਦੇ ਮਤਲਬ ਵਿੱਚ ਲੱਗ ਕੇ ਚੱਲਦੀ ਹੈ ਮੋਟਰ ਦੇ। ਹਾਂਜੀ ਬਾਕੀ ਆਹ ਇਹਨੂੰ ਆਹ ਰਾਈਟ ਸਾਈਡ ਦੀ ਇਹਦੀ ਲਿਫਟ ਹੋ ਗਈ, ਠੀਕ ਉਹ ਲੈਫਟ ਸਾਈਡ ਦੀ ਹੋ ਗਈ ਲਿਫਟ, ਠੀਕ ਆ। ਅਤੇ ਆਹ ਇਹਦਾ ਜਿਹੜਾ ਸਿਲੰਡਰ ਆ ਆਹ ਵਾਲਾ, ਇਹ ਬਲੇਡ ਨੂੰ ਇਹਨੂੰ ਪੂਰੇ ਨੂੰ ਮੋਲਡ ਬੋਲਡ ਕਹਿੰਦੇ ਆ, ਥੱਲੇ ਵਾਲੇ ਨੂੰ ਮੋਲਡ ਬੋਲਡ, ਇਹਨੂੰ ਰਾਈਟ ਸਾਈਡ ਨੂੰ ਥੋੜ੍ਹਾ ਜ਼ਿਆਦਾ ਕੱਢਣ ਵਾਸਤੇ ਦਿੱਤਾ ਗਿਆ। ਅਤੇ ਬਾਕੀ ਇਹਦੀ ਆਹ ਜਿਹੜਾ ਬਲੇਡ ਆ ਇਹ ਵੀ ਸਲਾਈਡ ਹੋ ਜਾਂਦਾ ਰਾਈਟ ਨੂੰ ਅਤੇ ਲੈਫਟ ਨੂੰ ਦੋਵਾਂ ਪਾਸੇ ਨੂੰ ਨਿਕਲ ਜਾਂਦਾ, ਹਾਂ ਹਾਂ। ਅਤੇ ਹੋਰ ਇਹਦੀ ਮੂਵਮੈਂਟ ਨੂੰ ਜ਼ਿਆਦਾ ਕਰਨ ਵਾਸਤੇ ਆਹ ਚੀਜ਼ ਦਿੱਤੀ ਆ, ਮਤਲਬ ਹੋਰ ਅੱਗੇ ਇੱਧਰ ਉੱਧਰ ਨੂੰ ਕਰਨ ਵਾਸਤੇ, ਨੀਚੇ ਵਾਲੇ 'ਚੋਂ ਜੇ ਅਗਰ ਫਾਲਤੂ ਕਰਨਾ ਹੋਵੇ ਤਾਂ ਮਤਲਬ ਇਹ ਜੈਕ ਦੇ, ਹਾਂਜੀ ਹਾਂਜੀ, ਹੈਲਪ ਨਾਲ ਆਪਾਂ ਇਹਨੂੰ, ਹਾਂ। ਫਿਰ ਇਹਦਾ ਇੱਕ ਹੋਰ ਵੀ ਯੂਜ਼ ਹੁੰਦਾ ਬਈ ਐਂਗਲ ਬਣਾ ਕੇ ਚੱਲਣਾ, ਜਿੱਦਾਂ ਆਪਾਂ ਕਟਿੰਗ ਕਰ ਰਹੇ ਹਾਂ ਹੋਰ ਥੋੜ੍ਹਾ ਇੱਧਰ ਨੂੰ ਕਰ ਰਹੇ, ਜਿੱਦਾਂ ਉਹ ਉੱਧਰ ਕਟਿੰਗ ਆ, ਉਹ ਕਟਿੰਗ ਨੂੰ ਆਪਾਂ ਇੱਥੇ ਵਿੱਚ ਲੈ ਲਾਂਗੇ, ਅਗਰ ਬਿਲਕੁਲ ਪਰੇ ਪਾਸੇ ਕਰਾਂਗੇ ਤਾਂ ਪਰਲੇ ਵਾਲੇ ਟਾਇਰ 'ਤੇ ਲੋਡ ਪਊਗਾ, ਅਗਰ ਆਪਾਂ ਇਹ ਮੋਲਡ ਬੋਲ ਨੂੰ ਥੋੜ੍ਹਾ ਇੱਧਰ ਪਾਸੇ ਕਰਕੇ ਅਗਰ ਇੱਥੇ ਕਟਿੰਗ ਕਰਾਂਗੇ ਤਾਂ ਦੋਵਾਂ ਟਾਇਰਾਂ 'ਤੇ ਲੋਡ ਬਰਾਬਰ ਪਊਗਾ, ਇਹਦਾ ਵੀ ਇੱਕ ਕੰਮ ਹੁੰਦਾ ਆ। ਬਾਕੀ ਆ ਇੱਥੇ ਇਹਦੀਆਂ ਪੌੜੀਆਂ ਲੱਗੀਆਂ ਚੜ੍ਹਨ ਵਾਸਤੇ, ਸਟੇਅਰਸ ਘੋੜੀ ਜਿਹਨੂੰ ਕਹਿ ਦਿੰਦੇ ਆ, ਅਤੇ ਆ ਇੱਧਰ ਆ ਪੱਟਾ ਲੱਗਾ ਆ ਤਾਂ ਕਿ ਇਹ ਬਲੇਡ ਇੱਥੇ ਲੱਗੇ ਨਾ ਅਤੇ ਮੁੜੇ ਨਾ, ਅਗਰ ਲੋਹੇ ਦਾ ਦਿੰਦੇ ਤਾਂ ਇਹਦੇ 'ਤੇ ਅੜ ਕੇ, ਹਾਂ ਮੁੜ ਜਾਣਾ ਸੀ। ਅਤੇ ਇੱਕ ਇਹਦੇ ਹੋਰ ਹਾਈਡ੍ਰੋਲਿਕ ਫੰਕਸ਼ਨ ਹੋਰ ਲੱਗਾ ਆ ਇੱਧਰ ਪਾਸੇ, ਜਿੱਦਾਂ ਛੋਟੀ ਜਗ੍ਹਾ 'ਤੇ ਮੋੜਨ ਵਾਸਤੇ, ਇੱਕ ਇੱਧਰ ਜੈਕ ਆ ਅਤੇ ਇੱਦਾਂ ਹੀ ਸੇਮ ਉੱਧਰ ਜੈਕ ਆ, ਇਹ ਵਿੱਚੋਂ ਮਸ਼ੀਨ ਜੁੜੀ ਆ ਆਰਟੀਕੂਲੇਟਡ ਆ, ਯਾਨੀ ਕਿ ਵਿੱਚੋਂ ਮਸ਼ੀਨ ਇਹ ਜੁੜੀ ਹੋਈ ਆ, ਯਾਨੀ ਕਿ ਪਿੱਚ ਵੀ ਇਹਦੇ ਇੱਕ ਦੋ ਪਿੰਨਾਂ ਲੱਗੀਆਂ ਆ। ਅੱਛਾ ਵਿੱਚੋਂ ਵੀ ਮਤਲਬ ਇਹ ਚੀਜ਼ ਵੀ ਇਹਦੀ ਟੇਢੀ ਹੋ ਸਕਦੀ ਹੈ, ਹਾਂ ਇਹ ਇੱਥੋਂ ਆ ਕੇਵਿਨ ਨੂੰ ਛੱਡ ਕੇ ਅੱਗੇ ਨੂੰ, ਪਿੱਛੇ ਇੱਥੋਂ ਲੈ ਕੇ ਪਰੇ ਨੂੰ ਅਤੇ ਇੱਥੋਂ ਲੈ ਕੇ ਇੱਧਰ ਨੂੰ ਇਹ ਮਸ਼ੀਨ ਅੱਡ ਆ, ਇੱਦਾਂ ਕਰਕੇ ਮੂਵਮੈਂਟ ਵੀ ਕਰਦੀ ਹੈ ਪਿੱਛੋਂ ਮਸ਼ੀਨ ਛੋਟੀ ਜਗ੍ਹਾ 'ਤੇ ਛੇਤੀ ਘੁਮਾਉਣ ਵਾਸਤੇ, ਠੀਕ। ਹਾਂਜੀ ਆਹ ਇੱਧਰ ਇਹਦਾ ਬੈਟਰੀ ਬਾਕਸ ਆ, ਆਹ ਇੱਧਰ ਇਹਦਾ ਟੈਂਡਮ ਹੋ ਗਿਆ, ਟੈਂਡਮ ਕਹਿੰਦੇ ਇਹਨੂੰ, ਇਹਦੇ ਵਿੱਚ ਐਪਰੋਕਸੀਮੇਟਲੀ 50 ਲੀਟਰ ਗੇਅਰ ਆਇਲ ਆਉਂਦਾ ਇਹਦੇ ਵਿੱਚ, ਹਾਂਜੀ ਬੋਕਸ ਜਿਹੜਾ ਆਪਾਂ, ਹਾਂ ਇਹਦੇ ਵਿੱਚ ਚੈਨ ਚੱਲਦੀ ਆ, ਇੱਧਰੋਂ ਜਿੱਦਾਂ ਆਇਆ ਆਪਣਾ ਐਕਸਲ, ਐਕਸਲ ਦੇ ਉੱਤੇ ਇੱਕ ਗਰਾਰੀ ਲੱਗੀ ਆ, ਗਰਾਰੀ ਮਤਲਬ ਦੋ ਗਰਾਰੀਆਂ ਲੱਗੀਆਂ ਆ, ਉਹ ਇੱਕ ਗਰਾਰੀ ਅੱਗੇ ਨੂੰ ਪਾਵਰ ਦੇ ਰਹੀ ਆ ਇਸ ਟਾਇਰ ਵਾਸਤੇ, ਇੱਕ ਗਰਾਰੀ ਇੱਧਰ ਨੂੰ ਪਾਵਰ ਦੇ ਰਹੀ ਆ ਇਸ ਟਾਇਰ ਵਾਸਤੇ ਚੈਨ ਦੇ ਥਰੂ, ਠੀਕ ਆ। ਇਹਦੇ 'ਚ ਮਤਲਬ ਚੈਨ ਹੈ ਇਹਨਾਂ ਟਾਇਰਾਂ ਨੂੰ ਘੁਮਾਉਣ ਲਈ, ਹਾਂਜੀ ਹਾਂਜੀ
ट्रांसमिशन हो गया जिन्हों आप गियर बक्सा कह दें पिछे होके खिंचन पुल करने वास्ते पिछे अगर आप गल करिए पिछे एक साइड ए अपने एयर कूलर आ एक साइड ए वाटर कूलर आ लागे खड़ा कान च नहीं वजूगी ते तुहानू इत्थों 3 किलोमीटर दूरों भी साउंड सुनूगी। हाँ जी मतलब क्वालिटी है इहदे प्रोडक्ट विच कैट दे उपर इहदा फुल नेम लिखा होया इहदे ब्रांड दा कैटरपिलर ये वर्ल्ड दी इहनू कह लो ना नंबर 1 कंपनी आ ग्रेडर दे विच तां हैगी आ बाकी भी ये नंबर 1 कंपनी आ एक नंबर दे जिद्दां कहिंदे ने सारियां कंपनियां आ कमासू आ अपनी जेसीबी हो गई हाँ काफ़ी कंपनियां उन्हां विच जिद्दां आ फस्ट नंबर दे काफ़ी पुरानी कंपनी आ मतलब इक्विपमेंट बनाउण विच आ चीज़ आ बाकी आ इत्थे एक इहदा बटन दिता आ एमरजेंसी स्टॉपर आ ठीक है हाँ आ इत्थे पिछे दीआं वर्क लाइट्स दित्तियां होईआं ते इधर वो सेम अपना टेंडम आ गया आ ओही हाइड्रोलिक जैक आ जिहड़ा तुहानूं मैं दस्सिआ सी विचों मूव करन वास्ते हाँ जी इधर इहदा एक प्रोडक्ट लिंक लग्गिआ होया जिहनूं आपां GPS कह दिंदे आ ठीक है आ चीज़ लगी हुई है आ इहदा हाइड्रोलिक टैंक हो गया आ हाइड्रोलिक इहदा गेज हो गया इत्थों अच्छा हाइड्रोलिक वाला सारा मतलब जेड़ा है अपना CL नहीं हाइड्रोलिक ऑयल अच्छा अच्छा हां 55 लीटर च हाइड्रोलिक ऑयल पेंदा है 52 लीटर इहदे विच ट्रांसमिशन ऑयल पेंदा है गियर बक्से विच ठीक है मैं डिफरेंशियल ते ट्रांसमिशन विच दोनों विच मतलब 52 लीटर ऑयल आंदा मतलब दोनों विच ठीक है मिला के दो फ्यूल फिल्टर लगे डीजल फिल्टर आ डीजल दा वाटर सेपरेटर फिल्टर आ ठीक है इधरों इहदा इंजन ऑयल पैंदा आ ਇਹਦਾ ਮੇਨ ਵਾਲ ਆ ਇੰਜਨ ਆਇਲ ਬੰਦ ਕਰਨ ਵਾਸਤੇ ਸੋਰੀ ਡੀਜ਼ਲ ਬੰਦ ਕਰਨ ਵਾਸਤੇ ਅੱਛਾ ਅੱਛਾ ਗੇਟ ਵਾਲੀ ਲਾਤਾ ਹਾਂ ਹਾਂ ਗੇਟ ਵਾਲ ਜਿੱਦਾਂ ਆਪਾਂ ਵੀ ਇਥੋਂ ਫਿਲਟਰ ਵਗੈਰਾ ਖੋਲਣੇ ਆ ਸਰਵਿਸ ਕਰਨੀ ਆ ਤਾਂ ਇਥੋਂ ਬੰਦ ਕਰ ਲਓ ਮੇਨ ਲਾਈਨ ਬੰਦ ਕਰਨ ਵਾਸਤੇ ਏਅਰ ਫਿਲਟਰ ਨਾਲ ਹਾਂਜੀ ਆ ਏਅਰ ਫਿਲਟਰ ਹੋ ਗਿਆ ਨਾਲ ਤੇ ਟਰਬੋ ਪਰਲੇ ਪਾਸੇ ਇਹਦੀ ਆ ਇਹਦਾ ਆਪਣਾ ਹੋ ਗਿਆ ਡੀਜ਼ਲ ਪੰਪ ਆ ਹੋ ਗਿਆ ਇਹਦਾ ਏਅਰ ਪ੍ਰੈਸ਼ਰ ਪੰਪ ਆ ਇਹਦਾ ਇਹਦਾ ਮੇਨ ਸਵਿਚ ਹੋ ਗਿਆ ਮੇਨ ਸਵਿਚ ਜਿੱਦਾਂ ਆਪਾਂ ਕੱਟ ਆਫ ਕਰ ਦਿੰਦੇ ਆ ਪੂਰੀ ਲਾਈਟ ਬੰਦ ਹਾਂਜੀ ਹਾਂਜੀ ਉਦਾਂ ਹੀ ਇੱਧਰ ਪਿੱਛੇ ਦਾ ACM ਲੱਗਿਆ ਆ ਜਿਹਨੂੰ ਆਪਾਂ ਪੂਰੇ ਮਸ਼ੀਨ ਦਾ ਇੱਕ ਦਿਲ ਵਾਂਗੂ ਕਹਿ ਦਿੰਦੇ ਹਾਂ ਵੀ ਦਿਲਿਆ ਮਸ਼ੀਨ ਦਾ ਹਾਂ ਆ ਇੱਧਰ ਲੱਗਾ ACM ਇਹਦਾ ਕਾਫੀ ਕੋਸਟਲੀ ਆ ਇਹਦਾ ਆਪਣੇ ਹੁੰਡਈ ਦੀ ਗੱਡੀਆਂ 'ਚ ਹੁੰਦਾ ACM ਹੁਣ ਤਾਂ ਸਭ 'ਚ ਹੋਣ ਲੱਗ ਗਿਆ ਵੈਸੇ ਹਾਂ ਇਹ ਚੀਜ਼ ਆ ਅਤੇ ਬਾਕੀ ਆ ਇਹਦਾ ਪੂਰਾ ਇੰਜਣ ਆ ਫੁੱਲੀ ਇਲੈਕਟ੍ਰੋਨਿਕ ਆ ਤੁਹਾਨੂੰ ਇੱਥੇ ਇਹਦੇ ਵਿੱਚ ਕਿਤੇ ਵੀ ਬਾਹਰ ਇਹਦੇ ਇੰਜੈਕਟਰ ਨਹੀਂ ਦਿਖੂਗੇ ਸਾਰੇ ਅੰਦਰ ਪੈਕ ਆ ਬਸ ਓਨਲੀ ਵਾਇਰ ਵਾਇਰ ਦਿਖੂਗੀਆਂ ਦੇਖੋ ਇੰਜਣ ਨੂੰ ਕਿੰਨੀਆਂ ਵਾਇਰ ਲੱਗੀਆਂ ਹੋਈਆਂ ਦੇਖੋ ਆ ਸਾਰੀਆਂ ਵਾਇਰਸ ਲੱਗੀਆਂ ਹੋਈਆਂ ਹਰ ਇੰਜੈਕਟਰ ਦੇ ਵਿੱਚ ਵਾਇਰਸ ਲੱਗੀਆਂ ਹੋਈਆਂ ਬਾਕੀ ਇਹਦੇ ਕੋਈ ਪ੍ਰੋਬਲਮ ਆਉਂਦੀ ਇੰਜਨ ਵਿੱਚ ਤੇ ਲੈਪਟਾਪ ਵਗੈਰਾ ਲਾ ਕੇ ਇਹਨੂੰ ਚੈੱਕ ਹੁੰਦਾ ਲੈਪਟਾਪ ਵਗੈਰਾ ਲਾ ਕੇ ਉਹ ਜਿਵੇਂ ਸਕੈਨਰ ਜਿਹਨੂੰ ਆਪਾਂ ਹਾਂ ਜਿਵੇਂ ਗੱਡੀਆਂ ਨੂੰ ਲਾਉਂਦੇ ਨੇ ਹਾਂਜੀ ਇਹਨੂੰ ਆਪਾਂ ਸਟਾਰਟ ਕਰ ਲੈਣਾ ਇੱਕ ਵਾਰ ਸਟਾਰਟਿੰਗ ਵੀ ਮਤਲਬ ਬੜੀ ਪਿਆਰੀ ਹੈ ਨਾ ਇਹਦੀ ਹਾਂਜੀ ਥੋੜਾ ਲੰਬਾ ਸੈਲਫ ਲੈਂਦਾ ਕਿਉਂਕਿ ਹਾਈਡ੍ਰੋਲਿਕ ਪੰਪ ਇਹਦਾ ਨਾਲ ਘੁੰਮਦਾ ਨਾ ਹਾਂਜੀ ਹਾਂਜੀ ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਈਏ ਤਾਂ ਜੋ ਕਿ ਮੈਂ ਤੁਹਾਨੂੰ ਦੱਸਿਆ ਸੀ 8 ਫਾਰਵਰਡ ਗੇਅਰ ਆ 6 ਰਿਵਰਸ ਆ ਠੀਕ ਆ ਆ ਇਹਦਾ ਕਰੂਜ਼ ਕੰਟਰੋਲ ਸਿਸਟਮ ਹੋ ਗਿਆ ਜਿੱਦਾਂ ਗੱਡੀਆਂ 'ਚ ਆਉਂਦਾ ਆ ਹਾਂਜੀ ਠੀਕ ਆ ਆ ਇੱਧਰ ਇਹਦੀ ਐਕਸਲੇਟਰ ਹੋ ਗਿਆ ਬ੍ਰੇਕ ਹੋ ਗਿਆ ਆ ਸਟੀਅਰਿੰਗ ਇਹਦਾ ਐਡਜਸਟਰ ਹੋ ਗਿਆ ਇਹਦਾ ਟਿਲਟ ਐਂਡ ਟੈਲੀਸਕੋਪਿਕ ਦੋਨੋਂ ਸਟੀਅਰਿੰਗ ਆ ਇਹਦਾ
ਇਹਦਾ ਇਦਾਂ ਅੱਗੇ ਪਿੱਛੇ ਵੀ ਹੁੰਦਾ ਆ ਤੇ ਇੱਥੋਂ ਵੀ ਇਦਾਂ ਇਹਦਾ ਇਦਾਂ ਹੋ ਜਾਂਦਾ ਸਟੀਅਰਿੰਗ ਹਾਂ ਠੀਕ ਆ ਆਪਾਂ ਤਾਂ ਵੈਸੇ ਨੋਰਮਲ ਮੋਡ 'ਚ ਚਲਾਈਦਾ ਆਹ ਇਹਦੇ ਲਾਈਟ ਦੇ ਸਵਿੱਚ ਹੋ ਗਏ ਆਹ ਇਹਦਾ ਡਿਫਰੈਂਸਲ ਲੋਕ ਹੋ ਗਿਆ ਜਿਹਨੂੰ ਆਪਾਂ 4x4 ਕਹਿ ਦਿੰਦੇ ਹਾਂ ਆਹ ਹਜ਼ਾਰਡ ਲਾਈਟ ਹੋ ਗਈ ਆਹ ਲੈਫਟ ਰਾਈਟ ਇੰਡੀਕੇਟਰ ਹੋ ਗਏ ਇਹਦੇ ਅਤੇ ਆਹ ਇਹਦਾ ਲੈਫਟ ਲਿਫਟ ਹੋ ਗਈ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਧਰ ਦੇਖੋ ਇੱਧਰ ਮਤਲਬ ਆ ਖੱਬੇ ਪਾਸਿਓਂ ਆਪਣਾ ਥੱਲੇ ਜਾਊਗਾ ਅਤੇ ਇਹਨੂੰ ਇੱਧਰ ਨੂੰ ਕਰਾਂਗੇ ਤਾਂ ਖੱਬੇ ਪਾਸੇ ਉੱਪਰ ਆਊਗਾ ਠੀਕ ਆ ਅਤੇ ਇਹਨੂੰ ਅਤੇ ਆਹ ਵਾਲਾ ਜਿਹੜਾ ਲੀਵਰ ਆ ਇਹ ਘੁਮਾਉਣ ਵਾਸਤੇ ਆ ਇਹਨੂੰ ਇੱਦਾਂ ਕਰਕੇ ਘੁਮਾਉਣ ਵਾਸਤੇ ਇਹਨੂੰ ਇੱਦਾਂ ਕਰਕੇ ਇੱਦਾਂ ਕਰ ਇੱਦਾਂ ਕਰਾਂਗੇ ਤਾਂ ਆਪਣਾ ਬਲੇਡ ਇੱਦਾਂ ਘੁੰਮੂਗਾ ਠੀਕ ਆ ਅਤੇ ਆਹ ਜਿਹੜਾ ਲੀਵਰ ਆ ਇਹ ਇਹਨੂੰ ਸਲਾਈਡ ਕਰਨ ਵਾਸਤੇ ਆ ਜਿੱਦਾਂ ਖੱਬੇ ਪਾਸੇ ਨੂੰ ਕੱਢਣਾ ਹੋਵੇ ਸੱਜੇ ਪਾਸੇ ਨੂੰ ਕੱਢਣਾ ਹੋਵੇ ਠੀਕ ਆ ਆਹ ਹੋ ਗਿਆ ਇਹਦਾ ਕਲਟੀਵੇਟਰ ਦਾ ਆਪਣੀ ਦੇਸੀ ਭਾਸ਼ਾ 'ਚ ਠੀਕ ਆ ਹਾਂਜੀ ਆਹ ਇਹਦਾ ਹੋ ਗਿਆ ਆਪਣਾ ਆਰਟੀਕੂਲੇਸ਼ਨ ਦਾ ਜਿਹੜਾ ਤੁਹਾਨੂੰ ਦੱਸਿਆ ਪਿੱਛੋਂ ਮਸ਼ੀਨ ਇਹਦੀ ਮੁੜਦੀ ਆ ਇੱਦਾਂ ਕਰਕੇ ਆ ਦੇਖੋ ਦੇਖ ਲੈ ਨਾ ਇੱਦਾਂ ਮੁੜਦੀ ਆ ਪਿੱਛੋਂ ਮਸ਼ੀਨ ਇਹ ਠੀਕ ਹੈ ਬਾਕੀ ਆਹ ਇਹਦਾ ਹੋ ਗਿਆ ਸਰਕਲ ਸ਼ਿਫਟ ਵਾਲਾ ਜਿਹਨੂੰ ਆਪਾਂ ਕਹਿੰਦੇ ਸੈਂਟਰ ਸ਼ਿਫਟ ਕਹਿ ਦਿੰਦੇ ਕਈ ਵਾਰੀ ਤੁਸੀਂ ਦੱਸੇ ਵੀ ਇੱਕ ਸਾਈਡ ਤੇ ਕਰਨਾ ਹੈ ਹਾਂ 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 ਠੀਕ ਹੈ ਇਹ ਉਸ ਚੀਜ਼ ਦਾ ਹੋ ਗਿਆ ਬਾਕੀ ਆਹ ਅੱਗੇ ਟਾਇਰ ਦਾ ਹੋ ਗਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਇਹਦੇ ਟਾਇਰ ਟੇਢੇ ਕਰਨੇ ਹੋਣਗੇ ਹਾਂ ਇੱਦਾਂ ਕਰਕੇ ਲੈਫਟ ਨੂੰ ਇੱਦਾਂ ਕਰਕੇ ਰਾਈਟ ਨੂੰ ਠੀਕ ਹੈ ਆਹ ਇਹਦੀ ਰਾਈਟ ਲਿਫਟ ਹੋ ਗਈ ਜਿੱਦਾਂ ਖੱਬੇ ਪਾਸੇ ਸੀਗੀ ਹਾਂ ਉਹਦੇ ਸੱਜੇ ਪਾਸੇ ਆ ਇੱਦਾਂ ਕਰਕੇ ਠੀਕ ਆ ਬਾਕੀ ਆਹ ਇਹਦਾ ਇੱਕ ਮਿਰਰ ਹੋ ਗਿਆ ਪਿੱਛੇ ਦੇਖਣ ਲਈ ਇੱਕ ਸਾਈਡ ਗਲਾਸਿਸ ਹੋ ਗਏ ਇਹਦੇ ਇਹਨੂੰ ਆਪਾਂ ਆਈ ਆਰ ਵੀ ਐਮ ਕਹਿ ਸਕਦੇ ਹਾਂ ਇਹਨੂੰ ਆਰ ਵੀ ਐਮ ਕਹਿ ਸਕਦੇ ਹਾਂ ਹਾਂ ਇਹਦੇ ਮੀਟਰ ਆ ਗਏ ਇਹਦੇ ਵਿੱਚ ਆਹ ਇਹਦਾ ਹੋ ਗਿਆ ਆਰ ਪੀ ਐਮ ਮੀਟਰ ਆਹ ਇਹਦਾ ਫਿਊਲ ਮੀਟਰ ਹੋ ਗਿਆ ਆਹ ਇਹਦਾ ਆਰਟੀਕੂਲੇਸ਼ਨ ਮੀਟਰ ਹੋ ਗਿਆ ਮਤਲਬ ਕਿੰਨੀ ਮਸ਼ੀਨ ਪਿੱਛੋਂ ਟੇਢੀ ਆਪਾਂ ਨੂੰ ਦੱਸਦਾ ਇਹ ਚੀਜ਼ ਆਹ ਇਹਦਾ ਆਪਣਾ ਬੈਟਰੀ ਦਾ ਹੋ ਗਿਆ ਬੈਟਰੀ ਦਾ ਦੱਸੂਗਾ ਪਾਵਰ ਕਿੰਨੀ ਆ ਆਹ ਇੰਜਨ ਟੈਂਪਰੇਚਰ ਹੋ ਗਿਆ ਆਹ ਹੁਣ ਦੱਸ ਰਿਹਾ ਮਸ਼ੀਨ ਨਿਊਟਰਲ ਵਿੱਚ ਆ ਆਹ ਦੱਸ ਰਿਹਾ ਮਸ਼ੀਨ ਪਾਰਕਿੰਗ 'ਚ ਖੜ੍ਹੀ ਆ ਆਹ ਇਹਦੇ ਵਿੱਚ ਦੱਸ ਰਿਹਾ ਟੋਟਲ 8 ਫੋਰਵਰਡ ਆ 6 ਰਿਵਰਸ ਆ ਆਹ ਇੱਧਰ ਕਿਲੋਮੀਟਰ ਦੀ ਸਪੀਡ ਦੱਸਦਾ ਇੱਧਰ ਇਹਦੇ ਘੰਟੇ ਦੱਸਦਾ ਕਿੰਨੀ ਮਸ਼ੀਨ ਚੱਲ ਚੁੱਕੀ ਆ ਆਪਣੇ 3000 ਘੰਟੇ ਮਸ਼ੀਨ ਚੱਲ ਚੁੱਕੀ ਆ ਇਹਦੇ ਥੱਲੇ 2 ਮੀਟਰ ਹੋ ਰਿਹਾ ਜੋ ਕਿ 에ਅਰ ਪ੍ਰੈਸ਼ਰ ਦੱਸਦੇ ਇਹਦਾ ਟੰਕੀ ਦਾ ਕਿੰਨਾ ਮੈਂ ਤੁਹਾਡੀ ਵੀਡੀਓ ਜੇ ਵੇਖਣਾ ਹੁੰਦਾ ਹਾਂ ਵੀ ਮੈਂ ਵੀ ਇਹ ਮੀਟਰ ਉਹਦੀ ਤੇ ਜਦੋਂ ਸਮਝ ਆਉਂਦੀ ਇਹ ਵੇਖ ਕੇ ਨਹੀਂ ਪਤਾ ਲੱਗਦਾ ਵੀ ਕਿਹੜੀ ਚੀਜ਼ ਦੇ 에ਅਰ ਪ੍ਰੈਸ਼ਰ ਦੇ ਆ ਇਹਦੇ ਹਾਂਜੀ ਹਾਂਜੀ ਕਿਹਾ ਇਹਦਾ ਸਾਰਾ ਸਿਸਟਮ ਆ ਇੱਧਰ ਇਹਦਾ ਇੰਚਿੰਗ ਪੈਡਲ ਆ ਬਾਕੀ ਆਪਾਂ ਇਹਨੂੰ ਕਲੱਚ ਕਹਿ ਸਕਦੇ ਹਾਂ ਪਰ ਇਹਦੀ ਲੈਂਗੁਏਜ ਵਿੱਚ ਆਪਾਂ ਇਹਨੂੰ ਕਲੱਚ ਨਹੀਂ ਕਹਿਣਾ ਇੰਚਿੰਗ ਪੈਡਲ ਆ ਇੰਚਿੰਗ ਪੈਡਲ ਦਾ ਮਤਲਬ ਇਹ ਹੁੰਦਾ ਆ ਖਾਲੀ ਆਪਾਂ ਨੂੰ ਇਹਨੂੰ ਮਸ਼ੀਨ ਤੋਰਨ ਵਾਸਤੇ ਇਹਨੂੰ ਯੂਜ਼ ਕੀਤਾ ਜਾਂਦਾ ਆ ਉਹਦੇ ਬਾਅਦ 'ਚ ਇਹਦਾ ਕੋਈ ਯੂਜ਼ ਨਹੀਂ ਆ ਰੋਕਣ ਵਾਸਤੇ ਮਸ਼ੀਨ ਥੋੜ੍ਹਾ ਬਹੁਤ ਇਹਦਾ ਯੂਜ ਕਰਨਾ ਪੈਂਦਾ ਜਦੋਂ ਥੋੜ੍ਹੀ ਹੋਰ ਗੇਅਰ ਇਹਦੇ ਬਿਨਾਂ ਇਹਨੂੰ ਦੱਬਣ ਤਾਂ ਲੱਗਦੇ ਵਾਰ ਵਾਰ ਇਹਨੂੰ ਦੱਬਣ ਦੀ ਲੋੜ ਨਹੀਂ ਆ ਇਹ ਚੀਜ਼ ਆ ਹਾਂਜੀ ਬਾਕੀ ਇਹਦਾ ਜਿਹੜਾ ਪਿੱਛੇ ਸੀਸਾ ਨਹੀਂ ਆਉਂਦਾ ਬਾਅਦ 'ਚ ਬਣਵਾਇਆ ਹੋਇਆ ਸੀਸਾ ਆ ਬਾਅਦ 'ਚ ਲਗਵਾਇਆ ਹਾਂਜੀ ਇਹ 'ਚ ਏ ਸੀ ਵੀ ਆਉਂਦਾ ਆਪਸ਼ਨਲ ਆਉਂਦਾ ਸਾਰੀ ਚੀਜ਼ 10 ਲੱਖ ਦਾ ਫਰਕ ਪੈਂਦਾ ਏ ਸੀ ਦਾ ਹਾਂਜੀ ਹਾਂਜੀ ਇਹ ਚੀਜ਼ ਆ ਬਾਕੀ ਤੁਹਾਨੂੰ ਚਲਾ ਕੇ ਵੀ ਦਿਖਾ ਦਿੰਦੇ ਹਾਂ ਕੋਈ ਨਹੀਂ ਹੁਣ ਤੁਹਾਨੂੰ ਥੋੜ੍ਹੀ ਜਿਹੀ ਮਸ਼ੀਨ ਚਲਾ ਕੇ ਦਿਖਾਉਂਦੇ ਹਾਂ ਅੱਗੇ ਜਿੱਦਾਂ ਢੇਰੀਆਂ ਪਈਆਂ ਹੋਈਆਂ ਆ ਜਿੱਦਾਂ ਡੰਪਰ ਨੇ ਮਿੱਟੀ ਸੁੱਟੀ ਹੋਈ ਆ ਹਾਂਜੀ ਉਹ ਤੁਹਾਨੂੰ ਚਲਾਉਂਦੇ ਹਾਂ ਲਗਾਉਂਦੇ ਹਾਂ ਚਲਾ ਕੇ ਜਿੱਦਾਂ ਢੇਰੀਆਂ ਹੁੰਦੀਆਂ ਨੇ ਇਹਨੂੰ ਖਿਲਾਰਨਾ ਹੁੰਦਾ ਬਸ ਚੰਗੇ ਤਰੀਕੇ ਨਾਲ ਖਿਲਾਰ ਕੇ ਫਿਰ ਵਿਛਾਉਣਾ ਹੁੰਦਾ ਆ ਫਿਰ ਜਾ ਕੇ ਬੈਡ ਤਿਆਰ ਹੁੰਦਾ ਹਾਂਜੀ ਅੱਜ ਦਾ ਸਾਰਾ ਰਿਵਿਊ ਆਪਣੇ ਕੈਟ ਦੇ ਗ੍ਰੇਡਰ ਬਾਰੇ ਜਿਹੜਾ ਆਪਾਂ ਨੂੰ ਭਰਾ ਨੇ ਬੜੇ ਚੰਗੀ ਤਰ੍ਹਾਂ ਦਿੱਤਾ ਅਤੇ ਬੜੇ ਟਾਈਮ ਦੀ ਖੁਆਇਸ਼ ਵੀ ਇਹਨਾਂ ਨਾਲ ਇੱਕ ਵੀਡੀਓ ਬਣਾਵਾਂ ਅਤੇ ਚਲੋ ਅੱਜ ਆਪਾਂ ਬਣਾ ਲਈਏ ਅਤੇ ਐਵੇਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸ਼ੇਅਰ ਵੱਧ ਤੋਂ ਵੱਧ ਕਰਦਾ ਅਤੇ ਠੀਕ ਹੈ ਫਿਰ ਆਪਾਂ ਮਿਲਾਂਗੇ ਆਪਣੀ ਅਗਲੀ ਵੀਡੀਓ 'ਤੇ ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ ਵੀ ਇਹਨਾਂ ਨਾਲ ਇੱਕ ਦੋ ਵੀਡੀਓ ਆਪਾਂ ਹੋਰ ਬਣਾਈਏ ਬਿਲਕੁਲ ਭਾਜੀ ਬਿਲਕੁਲ ਅਤੇ ਬਣੇ ਰਹੇ ਜੀ ਚੈਨਲ ਨਾਲ ਸਪੋਰਟ ਕਰੋ ਵੀਰ ਨੂੰ ਨਵਾਂ ਚੈਨਲ ਆ ਵੀਰ ਦਾ ਸਪੋਰਟ ਦੀ ਤੁਹਾਡੀ ਬਹੁਤ ਜ਼ਿਆਦਾ ਲੋੜ ਆ ਹਾਲੀ ਚੈਨਲ ਮੋਨੀਟਾਈਜ਼ ਵੀ ਨਹੀਂ ਹੋਇਆ ਅਤੇ ਵੀਰ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ 120 ਕਿਲੋਮੀਟਰ ਮੈਨੂੰ ਮਿਲਣ ਵਾਸਤੇ ਆਏ ਆ
ਤੇ ਮਿਲਣਾ ਪਹਿਲਾਂ ਸੀਗਾ, ਵੀਡੀਓ ਬਾਅਦ ਚੋਂ ਸੀਗੀ, ਇੱਦਾਂ ਹੀ ਹੈ ਨਾ? ਹਾਂਜੀ ਹਾਂਜੀ ਹਾਂ। ਤੇ ਇੱਦਾਂ ਹੀ ਵੀਰ ਦੇ ਨਾਲ ਆਪਾਂ ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਅੱਗੇ ਫਿਊਚਰ ਵਿੱਚ ਵੀ, ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਰਿਵਿਊ ਬਹੁਤ ਜ਼ਿਆਦਾ ਪਸੰਦ ਆਇਆ ਹੋਊਗਾ। ਅਗਰ ਪਸੰਦ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਜ਼ਰੂਰ ਕਰਨਾ। ਓਕੇ ਦੋਸਤੋ, ਥੈਂਕ ਯੂ ਜੀ। ਠੀਕ ਹੈ ਭਾਅ ਜੀ, ਠੀਕ ਹੈ ਮਹਾਰਾਜ।